ਸਟੇਟ ਬੈਂਕ ਆਫ ਇੰਡੀਆ ਆਫੀਸਰ ਐਸੋਸੀਏਸ਼ਨ ਚੰਡੀਗੜ੍ਹ ਮਡਿਊਲ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ 'ਤੇ ਪਹਿਲੀ ਵਾਰ ਪਟਿਆਲਾ ਵਿੱਚ ਦੀਵਾਲੀ ਮੇਲਾ ਆਯੋਜਿਤ ਕੀਤਾ ਗਿਆ, ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਮੇਲੇ ਵਿੱਚ ਡੀਜੇ, ਤੰਬੋਲਾ ਅਤੇ ਹੋਰ ਕਈ ਪ੍ਰਕਾਰ ਦੇ ਸਟਾਲ ਦੇ ਨਾਲ ਨਾਲ ਸਪੈਸ਼ਲ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਆਈਟਮਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਮੈਂਬਰ ਸਹਿਮਾਨਾਂ ਨੇ ਕਿਹਾ ਕਿ ਮੇਲੇ ਵਿੱਚ ਸਾਰੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਨੇ ਅਤੇ ਇਸ ਮੇਲੇ ਦਾ ਮੁੱਖ ਮਕਸਦ ਮੈਂਬਰਾਂ ਦੇ ਵਿੱਚ ਆਪਸੀ ਭਾਈਚਾਰੇ ਨੂੰ ਬੜਾਵਾ ਦੇਣਾ ਹੈ। ਪਹਿਲੀ ਵਾਰੀ ਅਸੀਂ ਇਹ ਇਸ ਤਰ੍ਹਾਂ ਦਾ ਪ੍ਰੋਗਰਾਮ ਪਟਿਆਲੇ ਦੇ ਵਿੱਚ ਰੱਖਿਆ ਅਤੇ ਬਹੁਤ ਵਧੀਆ ਰਿਸਪੋਂਸ ਹੈ। ਬੜੇ ਦੂਰੋਂ ਦੂਰੋਂ ਸਾਡੇ ਜਿਹੜੇ ਸਟੇਟ ਬੈਂਕ ਆਫ ਇੰਡੀਆ ਆਫੀਸਰ ਹੈਗੇ ਆ ਅਲੱਗ ਅਲੱਗ ਜਗ੍ਹਾ 'ਤੇ ਪੋਸਟਡ ਹੈ, ਉੱਥੇ ਆ ਰਹੇ ਹੈ ਅਤੇ ਸਾਨੂੰ ਉਮੀਦ ਹੈ ਵੀ ਜਿਹੜੀ ਡੇ ਟੂ ਡੇ ਲੋਕਾਂ ਨੂੰ ਟੈਨਸ਼ਨ ਰਹਿੰਦੀ ਹੈ ਉਹ ਅੱਜ ਇਸ ਮੇਲੇ ਦੇ ਵਿੱਚ ਇੰਜੋਏ ਕਰਕੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼। ਔਰ ਆਫੀਸਰ ਆਪਣੀ ਫੈਮਿਲੀ ਅਤੇ ਆਪਣੇ ਬੱਚਿਆਂ ਨਾਲ ਬੜਾ ਇੰਜੋਏ ਕਰ ਰਹੇ ਨੇ। ਇਹ ਸਾਡਾ ਪਹਿਲਾ ਪ੍ਰਯਾਸ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹਦੇ ਵਿੱਚ ਸਾਰੇ ਅਫਸਰ ਵਿਦ ਫੈਮਿਲੀਜ਼ ਆਏ ਨੇ ਅਤੇ ਪੂਰਾ ਸਾਡੇ ਅਫਸਰ ਨੇ ਹੁੰਗਾਰਾ ਦਿੱਤਾ ਅਤੇ ਮੈਨੂੰ ਲੱਗਦਾ ਵੀ ਇਹ ਜਿਹੇ ਅਸੀਂ ਹੋਏ ਨੂੰ ਵਾਰੀ ਵਾਰੀ ਕਰਦੇ ਰਹਾਂਗੇ। ਅੱਜ ਦਾ ਜਿਹੜਾ ਮੇਲਾ ਨੇ ਲਾਇਆ ਇਹ ਬਹੁਤ ਵਧੀਆ ਆਪਣਾ ਅਫਸਰ ਐਸੋਸੀਏਸ਼ਨ ਦਾ ਪਰਾਲਾ ਹੈ ਅਤੇ ਸਾਰੇ ਅਸੀਂ ਆ ਕੇ ਉਰੇ ਇੰਜੋਏ ਕਰ ਰਹੇ ਹਾਂ ਅਤੇ ਹੋਰ ਜਿਹੜੇ ਸਟਾਰ ਜਿੱਥੇ ਲਾਏ ਹੈ ਜਿਹੜੇ ਸਪੈਸ਼ਲ ਚਿਲਡਰਨ ਵਿੱਚ ਰਹੇ ਉਹਨਾਂ ਦੀ ਜਿਹੜੀਆਂ ਇੱਥੇ ਆਰਟੀਕਲ ਵੀ ਵਿਕਣਗੇ ਉਹ ਤਾਂ ਕਿ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਬੈਨੀਫਿਟ ਹੋ ਸਕੇ ਅਤੇ ਸਾਰੇ ਉਰੇ ਆ ਕੇ ਫੈਮਿਲੀ ਮੈਂਬਰ ਬਹੁਤ ਇੰਜੋਏ ਕਰ ਰਹੇ ਹੈ। ਪਟਿਆਲਾ ਤੋਂ ਬਲਮਿੰਦਰ ਬਿੰਨੀ ਦੀ ਰਿਪੋਰਟ, ਚੈਨਲ 2।